मोगा के रत्नी सिनेमा के पास बीती देर रात दो पक्षों के बीच में गोलियां चलने का मामला सामने आया है, जिसमें दोनों पक्षों के दो लोगों को गोलियां लगी थी, जिनमें से एक पक्ष के विकास जिंदल की मौत हो गई है, जबकि दूसरे पक्ष का वीर सिंह उर्फ मिट्ठू स्थानीय सरकारी हॉस्पिटल में इलाजरत रहे। मिली जानकारी के अनुसार दीपावली के माहौल के चलते रतन सिनेमा के पास एक जगह पर जुआ चल रहा था, जहां दोनों पक्ष आमने सामने हो गए। फिलहाल पुलिस पूरे मामले की जांच पड़ताल कर रही है। हाँ जी, ये अपना मामला सी जी, फायर आर्म इंजरी अलैसली स्थिति सी उहदे विच पेशेंट दी, तो उहदे सज्जे पासे पेट दे विच जिहड़ा इंजरी सी, तो वह पेशेंट नूं पहलां फरीदकोट मैडिकल कॉलेज रैफर कीता, पर उहदे अटेंडेंट्स उहनूं प्राइवेट किसी होस्पिटल दे इत्थों लोकल लै गए सी। उस तों बाद वह डी एम सी लै के जा रहे सी, रस्ते दे विच वह पेशेंट दी हुणे आया ऑलरेडी ब्रोन डेड आया। ਮਾਮਲਾ ਸਾਡਾ ਬੁੱਕ ਚੱਲਦੀ ਉੱਤੇ ਉੱਤੇ ਹੀ ਵਹਿ ਗਏ ਸੀਗੇ, ਅਤੇ ਇਹ ਲੰਡੀ ਹੋਣੀ ਸਾਡੇ ਫੈਰ ਮਾਰਨੇ ਸ਼ੁਰੂ ਕਰਤੇ ਇਹਨਾਂ ਨੇ। ਲੰਡੀ ਅਤੇ ਵੀਰੂ 15 ਮੁੰਡੇ ਇੰਨਾ ਹੋਰ ਸੀਗੇ, ਇਹਨਾਂ ਕੋਲ 10-15 ਥਲੇ ਸੀਗੇ, ਸਾਡੇ ਫੈਰ ਮਾਰਨੇ ਸ਼ੁਰੂ ਕਰਤੇ। ਮੇਰੀ ਲੱਤ 'ਚ 2 ਫੈਰ ਵੱਜੇ ਹੋਏ ਆ, ਅਤੇ ਬਹੁਤ ਬਾਅਦ ਮੈਂ ਡੈ ਪਿਆ ਉੱਥੇ, ਮੈਨੂੰ ਕੋਈ ਸੁਵਤ ਨਹੀਂ ਰਹੀ, ਜਿਵੇਂ ਇੱਥੇ ਦਾਖਲ ਹੋ ਗਿਆ ਬਸ। ਗੱਲ ਕੀ ਹੋਈ ਸੀ, ਕਾਹਤੋਂ ਹੋਈ ਸੀ ਲੜਾਈ? ਲੜਾਈ ਵੀਰੇ ਕੋਈ ਅਨੁਮਾਨ ਨਹੀਂ, ਉੱਥੇ ਬੁੱਕ ਚੱਲਦੀ ਸੀ, ਇਹਦਾ ਵੈਸੇ ਗੱਲ ਕਰਨ ਗਏ ਸੀਗੇ, ਇਹਨਾਂ ਨੇ ਮੁੰਡੇ ਗੁਣ ਚਲਾ ਗਿਆ ਸਾਡੇ। ਕਿੰਨੇ ਜਾਣੇ ਸੀਗੇ? ਇਹ 15-20 ਜਾਣੇ ਸੀ। ਗੱਡੀ ਕਿੰਨੇ ਫਾਇਰ ਕੀਤੇ ਨਾ? ਇਹਨਾਂ 15-20 ਫਾਇਰ ਕੀਤੇ ਉੱਥੇ। ਤੇ ਤੁਹਾਡੇ ਵੱਲੋਂ ਵੀ ਫਾਇਰ ਕੀਤੇ ਗਏ? ਉਹ ਵੀ ਜ਼ਖਮੀ ਆ? ਸਾਡੇ ਕੋਲ ਵੀਰੇ ਹੈ ਨਹੀਂ ਸੀ, ਇਹਦੇ ਭਰਾ ਨੇ, ਜਿਹੜਾ ਵੀਰੂ ਆ ਉਹਨੇ 12 ਵੋਲਟ ਲੋਡ ਕਰਨ ਲੱਗਾ, ਉਹ ਬੈਗ ਚੱਲ ਗਈ। ਮਾਮਲਾ ਮੇਰਾ ਬੇਟਾ ਤਾਂ ਜੀ ਜੈਪੁਰ ਅਤੇ ਉੱਥੇ ਰਹਿੰਦਾ, ਵੀ ਬਠਿੰਡੇ ਰਹਿੰਦਾ, ਮੇਰੇ ਬ੍ਰਦਰ ਐਸ ਡੀ ਓ ਸੀਗਾ ਮੇਰਾ ਦੇਵਰਾਜਿੰਦਰ, ਉਹਦੇ ਕੋਲ ਰਹਿੰਦਾ ਹੁੰਦਾ ਸੀਗਾ ਜੀ। ਦੀਵਾਲੀ ਕਰਕੇ ਮੈਂ ਸੀਗਾ, ਆ ਜਾ ਬੇਟਾ ਤੂੰ ਵੀ ਸਾਨੂੰ ਮਿਲ ਮੁਲ ਜਾ। ਬੇਟਾ ਮੇਰਾ ਦੀਵਾਲੀ ਕਰਕੇ 3-4 ਮਹੀਨੇ ਮੇਰਾ ਬੇਟਾ ਬਾਹਰ ਹੀ ਸੀਗਾ ਜੀ। ਦੋ ਤਰ੍ਹਾਂ ਦੀ ਆਫਸਰ ਦੀ ਤਕਰਾਰ ਬਾਜੀ ਹੋਣ ਤੋਂ ਬਾਅਦ ਗੋਲੀ ਚੱਲੀ ਹੈ ਜੀ। ਇੱਕ ਵਿਕਾਸ ਜਿੰਦਲ ਏ ਡੀ ਐਸ ਵੀਰੂ, ਇਹਦੇ ਫੈਰ ਲੱਗਿਆ ਸੀ, ਇਹਨੂੰ ਹੋਸਪਿਟਲ ਦਾਖਲ ਕਰਾਇਆ ਗਿਆ, ਅਤੇ ਇਸ ਤੋਂ ਬਾਅਦ 'ਚ ਜਦੋਂ ਇਹਨੂੰ ਰੈਫਰ ਕਰਤਾ, ਰੈਫਰ ਕਰਨ ਤੋਂ ਬਾਅਦ 'ਚ ਇਹਦੇ ਰਸਤੇ 'ਚ ਮੌਤ ਹੋ ਗਈ। ਇਹਨੂੰ ਵਾਪਸ ਲੈ ਕੇ ਇੱਥੇ ਡੈਡਬਾਡੀ ਡੈਡ ਹਾਊਸ ਕਰਵਾ ਦਿੱਤੀ ਹੈ। ਦੂਜੇ ਪਾਸੇ ਹੈਗਾ ਜੀ ਆਪਣਾ ਮਿੱਠੂ ਨਾਂ ਦਾ ਵਿਅਕਤੀ ਹੈ ਜੀ,